ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਰਕਾਰੀ ਜਦੋਂ ਆਪਾਂ ਨੂੰ ਮਾਰਦੇ ਚੁਣਗੇ ਫਿਰ ਕੋਈ ਬਚਾਉਣ ਵਾਲਾ ਨਹੀਂ ਬਚਾਉਣ ਵਾਲਾ ਇੱਕ ਸਾਡਾ ਗੁਰੂ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਬਚਾਉਂਗਾ ਭਰੋਸਾ ਹੈ ਆਪਾਂ ਨੂੰ ਤੇ ਜਦੋਂ ਕਰੋ ਅਰਦਾਸਾਂ ਉਹਦੇ ਮੂਹਰੇ ਰੋਜ਼ ਹੁੰਦੀਆਂ ਨੇ ਅੱਜ ਵੀ ਥਾਂ ਥਾਂ ਤੇ ਹੋਈਆਂ ਨੇ ਦਾਸਵੀਂ ਪਿੰਡ ਦੇ ਵਿੱਚ ਅਰਦਾਸ ਕਰਕੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਜਲ ਜੀਵਨ ਦੇ ਪਾਠ ਕਰਕੇ ਫਿਰ ਤੁਰਿਆ ਇਹਨਾਂ ਦਾ ਹੁਕਮ ਸੀ ਸਾਰੀਆਂ ਸੰਗਤਾਂ ਨੂੰ ਸ਼ਹੀਦਾਂ ਨੂੰ ਨਮਸਕਾਰ ਸਤਿਗੁਰੂ ਕਿਰਪਾ ਕਰਨ ਇਹਨਾਂ ਦੇ ਪ੍ਰਭਾਵ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣ ਤੇ ਇਹਨਾਂ ਨੂੰ ਐਵੇਂ ਦੀ ਕਿਰਪਾ ਦੇ ਰੱਖ ਰੱਖਣ ਤੇ ਜਿਹੜੇ ਉੱਥੇ ਆ ਉਹਨਾਂ ਨੂੰ ਤੰਦਰੁਸਤੀ ਦੇ ਕੇ ਆਪੋ ਆਪਣੇ ਘਰਾਂ ਨੂੰ ਸਤਿਗੁਰੂ ਭੇਜੇ ਮੋਰਚਾ ਸਾਡਾ ਫਤਿਹ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੇਖੋ ਜੀ ਅੱਜ ਜਿਹੜਾ ਅਸੀਂ ਇੱਥੇ ਸਾਡੇ ਜਿਹੜੇ 33 ਸ਼ਹੀਦ ਹੋਏ ਨਾ ਸਾਡੇ ਜੁਝਾਰੂ ਸਾਥੀ ਸੀ ਸਾਡੀਆਂ ਮਾਤਾ ਵੀ ਸੀ ਸਾਡੀਆਂ ਭੈਣਾਂ ਵੀ ਉਹਨਾਂ ਦੇ ਵਿੱਚ ਹੈ ਅਤੇ ਜ਼ਿਆਦਾਤਰ ਪੰਜਾਬ ਸਟੇਟ ਦੇ ਲੋਕ ਸੀ ਜਿਹੜੇ ਵਿੱਚ ਹਰਿਆਣੇ ਦੇ ਵੀ ਹੋਰ ਸਟੇਟਾਂ ਦੇ ਵੀ ਸਾਡੇ ਨਾਲੋਂ ਵਿਛੜ ਚੁੱਕੇ ਸਾਨੂੰ ਬਹੁਤ ਦੁੱਖ ਹੈ ਜੀ ਉਹਨਾਂ ਦਾ ਉਹਨਾਂ ਦਾ ਅੱਜ ਇੱਥੇ ਅਸੀਂ ਸ਼ਹੀਦੀ ਦਿਵਸ ਮਨਾਇਆ ਗਾ ਸਰਸੇ ਜਿਹੜਾ ਮਤਲਬ ਵੀ ਭਗਤ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਪੱਕਾ ਮੋਰਚਾ ਲੱਗ ਰਿਹਾ ਜੀ ਅੱਜ 75 ਦਿਨ ਹੋ ਗਏ ਅਤੇ ਉਹਦੀ ਤਰਫ ਤੋਂ ਜਦੋਂ ਸਾਨੂੰ ਨੈਸ਼ਨਲ ਕੌਲ ਆਈ ਸੀ ਵੀ ਆਪਾਂ ਮਨਾਉਣਾ ਅਸੀਂ ਇੱਥੇ ਵੀ ਮਨਾਇਆ ਜੀ ਸਾਰੇ ਪਿੰਡਾਂ ਦੇ ਵਿੱਚ ਮਤਲਬ ਅਸੀਂ ਫੋਨ ਕਰਕੇ ਸਾਰੇ ਪਿੰਡਾਂ ਨੂੰ ਜਾਗਰੂਕ ਕੀਤਾ ਵੀ ਹਰੇਕ ਪਿੰਡ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੋਵੇ ਪਾਠ ਹੋ ਕੇ ਅਤੇ ਉਹਨਾਂ ਦੀ ਜਿਹੜੀ ਆਤਮਾ ਦੀ ਸ਼ਾਂਤੀ ਲਈ ਮਤਲਬ ਪਾਠ ਕਰਕੇ ਸੁਖਮਨੀ ਸਾਹਿਬ ਦਾ ਭੋਗ ਪਾਏ ਜਾਣ ਜੀ ਉਹ ਲੋਕਾਂ ਨੇ ਸਾਰੇ ਮਤਲਬ ਵੀ ਏਰੀਏ ਨੇ ਜੀ ਇਲਾਕੇ ਨੇ ਉਹ ਅਪੀਲ ਸਾਡੀ ਮਨਜ਼ੂਰ ਕਰੀ ਅੱਜ ਸਾਰੇ ਗੁਰੂ ਘਰਾਂ 'ਚ ਮਤਲਬ ਜਿਹੜੇ ਸਾਡੇ ਜੁਝਾਰੂ ਸਾਥੀ ਸਾਡੇ ਨਾਲ ਵਿਛੜ ਚੁੱਕੇ ਆ ਉਹਨਾਂ ਦੀ ਆਤਮਾ ਦੇ ਲਈ ਅੱਜ ਉਹਨਾਂ ਨੇ ਅਰਦਾਸ ਬੇਨਤੀਆਂ ਕੀਤੀਆਂ ਜਿਹੜੇ ਮਤਲਬ ਸਾਡੇ ਸਾਥੀ ਲੜਾਈ ਲੜ ਰਹੇ ਆ ਅੱਜ ਵੀ ਮੌਕੇ 'ਤੇ ਲੜੀ ਜਾਂਦੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਮਤਲਬ ਵੀ ਅੱਗੇ ਵਧਣ ਵਾਸਤੇ ਉਹ ਵੀ ਪਰਮਾਤਮਾ ਪ੍ਰਭੂ ਪਰਮੇਸ਼ਵਰ ਮੂਹਰੇ ਗੁਰੂ ਘਰਾਂ 'ਚ ਮੰਦਰਾਂ 'ਚ ਮਸੀਤਾਂ 'ਚ ਕਾਮਨਾ ਕੀਤੀ ਹੈ ਵੀ ਅੱਗੇ ਵਧਣ ਵਾਸਤੇ ਵੀ ਮਤਲਬ ਇਹਨਾਂ ਨੂੰ ਬਲ ਪਰਮਾਤਮਾ ਦੇਵੀ ਇਹੀ ਸਾਡਾ ਤਾਂ ਉਪਰਾਲਾ ਰੂਹ ਜੀ ਵੀ ਮਤਲਬ ਜਿੰਨਾ ਚਿਰ ਮਤਲਬ ਵੀ ਇਹ ਸਰਕਾਰ ਕਾਨੂੰਨ ਵਾਪਸ ਨਾ ਲਊਗੀ ਅਸੀਂ ਪਿੱਛੇ ਨਹੀਂ ਮੁੜਾਂਗੇ ਵਾਪਸ ਅਸੀਂ ਨਹੀਂ ਹੋਵਾਂਗੇ। ਅੱਜ ਨੈਸ਼ਨਲ ਕੌਲ ਸੀ ਕਿ ਜੋ ਸਾਡੇ ਸ਼ਹੀਦ ਹੋਏ ਹੈ ਉਹਨਾਂ ਨੂੰ ਲੈ ਕੇ ਪੂਰੇ ਇੰਡੀਆ ਦੇ ਵਿੱਚ ਹਰ ਪਿੰਡ ਦੇ ਅੰਦਰ ਬਲਾਕ ਦੇ ਅੰਦਰ ਸ਼ਹਿਰ ਦੇ ਅੰਦਰ ਇਸ ਤਰੀਕੇ ਨਾਲ ਸ਼ਰਧਾਂਜਲੀ ਸਮਾਰੋਹ ਰੱਖਿਆ ਗਿਆ ਸੀਗਾ। ਉਸੇ ਕੜੀ ਦੇ ਵਿੱਚ ਸਾਡੇ ਪੂਰੇ ਜ਼ਿਲ੍ਹੇ ਦੇ ਅੰਦਰ ਵੀ ਹਰ ਪਿੰਡ 'ਚ ਹਰ ਸ਼ਹਿਰ 'ਚ ਅਤੇ ਸਾਡੇ ਅੱਜ ਸਿਰਸਾ ਦੇ ਅੰਦਰ ਪੱਕਾ ਮੋਰਚਾ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਵੀ ਸ਼ਰਧਾਂਜਲੀ ਸਮਾਰੋਹ ਜਿਹੜਾ ਹੈ ਉਹ ਰੱਖਿਆ ਗਿਆ। ਵੱਖ ਵੱਖ ਸੰਸਥਾਵਾਂ NGO ਉਹਨਾਂ ਨੇ ਆ ਕੇ ਇੱਥੇ ਆਪਣੀ ਸ਼ਰਧਾਂਜਲੀ ਦਿੱਤੀ ਹੈ। ਅੱਜ ਜਿਹੜੇ ਸਾਡੇ ਕਿਸਾਨ ਸਾਥੀ ਯੁਵਾ ਸਾਥੀ ਨੌਜਵਾਨ ਸਾਥੀ ਜਿਹੜੇ ਇਸ ਕਿਸਾਨੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਜਿਹੜੀ ਨੈਸ਼ਨਲ ਕੌਲ ਸੀ ਅੱਜ 20 ਤਰੀਕ ਅਸੀਂ ਇੱਥੇ ਭਗਤ ਸਿੰਘ ਸਟੇਡੀਅਮ ਦੇ ਵਿੱਚ ਉਹ ਸਾਡੇ ਕਿਸਾਨ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਦਿਨ ਰੱਖਿਆ ਸੀਗਾ। ਪੂਰੇ ਇਲਾਕੇ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਸੰਗਤ ਇੱਥੇ ਆਈ ਹੈ। ਤੁਸੀਂ ਦੇਖਿਆ 12 ਵਜੇ ਤੋਂ ਲੈ ਕੇ ਲਗਭਗ 2 ਵਜੇ ਤੱਕ ਦਾ ਸਾਡਾ ਟਾਈਮ ਸੀਗਾ ਅਤੇ ਸਾਰੇ ਸਾਥੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਅਰਦਾਸ ਬੇਨਤੀ ਹੋਈ ਹੈ ਕਿਉਂਕਿ ਸਾਰੇ ਹਰੇਕ ਜਿਹੜਾ ਬੁਲਾਰਾ ਆਇਆ ਜਿਹੜਾ ਨੁਮਾਇੰਦਾ ਆਇਆ ਉਹਨੇ ਇਹੀ ਗੱਲ ਕਹੀ ਹੈ ਵੀ ਇੰਨੀਆਂ ਸ਼ਹੀਦੀਆਂ ਹੋ ਗਈਆਂ ਹਰ ਰੋਜ਼ ਸ਼ਹੀਦੀਆਂ ਹੋ ਰਹੀਆਂ ਅਤੇ ਇਹ ਜਿਹੜਾ ਸ਼ਹੀਦੀਆਂ ਦਾ ਕੰਮ ਹੈ ਰੁਕੇ ਕਿਸਾਨਾਂ ਦੀ ਜੰਗ ਜਿਹੜੀ ਹੈ ਉਹਨੂੰ ਜਿੱਤ ਕੇ ਕਿਸਾਨ ਵਾਪਸ ਆਪੋ ਆਪਣੇ ਘਰ ਆਉਣ ਅਤੇ ਇਹ ਜਿਹੜੇ ਅੱਜ ਸਾਡੇ ਜਿਹੜੇ ਸ਼ਹੀਦ ਇਹ ਇੱਥੇ ਹੋਏ ਨੇ ਤੁਸੀਂ ਦੇਖਿਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਸਾਡੇ ਹਰੇਕ ਸਾਥੀ ਨੇ ਇਹ ਗੱਲ ਕਹੀ ਹੈ ਵੀ ਇੱਥੋਂ ਅਸੀਂ ਬਹੁਤ ਕੁਝ ਸਿੱਖ ਕੇ ਜਾਣਾ ਹੈ। ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਚੌਂਕ ਨੇ ਉੱਥੇ ਅਸੀਂ ਇਹਨਾਂ ਸ਼ਹੀਦਾਂ ਦੀਆਂ ਫੋਟੋਆਂ ਲਾਵਾਂਗੇ ਤਾਂ ਕਿ ਹਰ ਰੋਜ਼ ਜਦੋਂ ਵੀ ਅਸੀਂ ਘਰਾਂ ਦੇ ਵਿੱਚੋਂ ਨਿਕਲੀਏ ਤਾਂ ਸਾਨੂੰ ਇਹ ਨਿਕੰਮੀਆਂ ਜਿਹੜੀਆਂ ਸਰਕਾਰਾਂ ਇਹਨਾਂ ਦੀਆਂ ਸੋਚਾਂ ਦੀ ਜਿਹੜੀ ਯਾਦ ਆਉਂਦੀ ਰਹੇ। ਇਹ ਨਾ ਹੋਵੇ ਵੀ ਇਹ ਜੰਗ ਜਿੱਤਣ ਤੋਂ ਬਾਅਦ ਅਸੀਂ ਫਿਰ ਘਰੇ ਬਹਿ ਕੇ ਇਹਨਾਂ ਦੀਆਂ ਸ਼ਹਾਦਤਾਂ ਨੂੰ ਭੁੱਲ ਜਾਈਏ। ਅਸੀਂ ਸਦਾ ਹੀ ਇਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਰੱਖਾਂਗੇ ਅਤੇ ਅਸੀਂ ਇਹ ਸੋਚਾਂਗੇ ਵੀ ਸਦਾ ਹੀ ਜਿਹੜੀ ਹੈ ਜਿਹੜੀ ਤੁਸੀਂ ਦੇਖਿਆ ਇਤਿਹਾਸ ਦੇ ਵਿੱਚ ਜਿਹੜੇ ਸ਼ਹੀਦ ਹੈ ਸ਼ਹੀਦਾਂ ਦਾ ਨਾਮ ਦਰਜਾ ਸਦਾ ਹੀ ਉੱਚਾ ਰਿਹਾ ਅਤੇ ਅਸੀਂ ਉੱਚਾ ਰੱਖਾਂਗੇ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੇ ਇਹ ਕਿਸਾਨ ਸ਼ਹੀਦ ਹੋਏ ਹੈ ਇਹਨਾਂ ਦੀ ਜਿਹੜੀ ਆਤਮਾ ਹੈ ਉਹਨੂੰ ਸ਼ਾਂਤੀ ਮਿਲੇ ਅਤੇ ਜਿਹੜੀ ਸਾਡੇ ਕਿਸਾਨ ਅੰਦੋਲਨ ਹੈ ਜਿਹੜਾ ਜਨ ਅੰਦੋਲਨ ਬਣ ਚੁੱਕਿਆ ਉਹਨੂੰ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ।